ਸੋ ਜੀ ਅੱਜ ਦੀ ਵੀਡੀਓ ਚਾਲੂ ਹੋਣ ਤੋਂ ਪਹਿਲਾਂ ਤੁਹਾਨੂੰ ਮੈਂ ਗੱਲ ਜ਼ਰੂਰ ਕਹਿਣਾ ਚਾਹੂੰਗਾ ਕਿ ਮਤਲਬੀ ਲੋਕਾਂ ਤੋਂ ਬਚ ਕੇ ਰਹਿਣਾ, ਦੁਨੀਆ ਬੜੀ ਮਤਲਬ ਦੀ ਹੈ, ਠੀਕ ਆ ਜੀ, ਤੁਹਾਨੂੰ ਵਰਤ ਕੇ ਛੱਡ ਦੇਣਗੇ। ਸੋ ਜੀ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ, ਯੂ ਆਰ ਵਾਚਿੰਗ ਸਰਜੀਤ ਫਿਲਮਸ। ਤੇ ਅੱਜ ਦਾ ਵਲੋਗ ਹੈਗਾ ਇਹ, ਰਾਤ ਦੇ ਆਪਾਂ ਕਰਦੇ ਪਏ, ਕਿੰਨਾ ਟਾਈਮ ਹੋਇਆ, 11:53, ਮਤਲਬ ਕਿ 12 ਵਜੇ ਲੱਗੇ ਆ। ਤੇ 12 ਵਜੇ ਕਿਉਂ ਚਾਲੂ ਕਰਦੇ, ਅੱਜ ਹੈਗਾ ਨਾਈਟ ਆਊਟ ਦਾ ਵਲੋਗ। ਤੇ ਅੱਜ ਮੇਰਾ ਬੜਾ ਖਾਸ ਬੰਦਾ ਦਿੱਲੀ ਤੋਂ ਆਇਆ ਸਪੈਸ਼ਲ, ਮੇਰਾ ਕਜ਼ਨ ਜਤਿੰਦਰਪਾਲ ਸਿੰਘ। ਤੇ ਅੱਜ ਆਪਾਂ ਇਹਨਾਂ ਦੇ ਨਾਲ ਕਰਾਂਗੇ ਨਾਈਟ ਆਊਟ। ਤੇ ਤੁਹਾਨੂੰ ਪਤਾ ਅੰਮ੍ਰਿਤਸਰ 'ਚ ਨਾਈਟ ਆਊਟ ਕਰਨ ਨੂੰ ਥੋੜ੍ਹੀ ਬਹੁਤ ਚੀਜ਼ਾਂ ਹੈਗੀਆਂ। ਅਤੇ ਆਪਾਂ ਜਾ ਰਹੇ ਹਾਂ ਹਵੇਲੀ, ਉੱਥੇ ਖਾਵਾਂਗੇ ਪੀਵਾਂਗੇ ਅਤੇ ਉਹ ਸਿੱਧਾ ਉੱਧਰ ਚੱਲਦੇ ਹਾਂ। ਅਤੇ ਚੱਲੀਏ ਫਿਰ, ਚਲੋ ਚੱਲਦੇ ਹਾਂ। ਸੋ ਵੀ ਮਿੱਤਰੋ, ਅਸੀਂ ਪਹੁੰਚ ਗਏ ਹਵੇਲੀ ਅਤੇ 12:15 ਹੋ ਗਏ ਆ। ਆਹ ਬਾਈ ਦੀ ਫਰਮਾਇਸ਼ 'ਤੇ ਆਪਾਂ ਆਏ ਸਪੈਸ਼ਲ, ਕਹਿੰਦਾ ਮੈਂ ਜਾਣਾ ਤਾਂ ਹਵੇਲੀ ਜਾਣਾ, ਹੋਰ ਕਿਤੇ ਨਹੀਂ ਜਾਣਾ। ਤਾਂ ਪਤਾ ਅੰਮ੍ਰਿਤਸਰ 'ਚ 12 ਵਜੇ ਤਾਂ ਕਿੱਥੇ ਜਾ ਸਕਦੇ ਸੀ, ਹੋਰ ਵਾਹਵਾ ਜਗ੍ਹਾ ਹੁੰਦੀ ਹੈ। ਅਤੇ ਕਹਿੰਦਾ ਹਵੇਲੀ ਦੇਖਣੀ ਆ, ਪੰਜਾਬੀ ਕਲਚਰ, ਦਿੱਲੀ ਵਾਲਿਆਂ ਨੂੰ ਪੰਜਾਬੀ ਕਲਚਰ ਬਹੁਤ ਪਸੰਦ ਆ। ਮੈਂ ਕਿਹਾ ਚਲੋ ਦਿਖਾਉਂਦੇ ਹਾਂ। ਸੋ ਜੀ ਆਪਣੇ ਨਾਲ ਬੜੀ ਮਾੜੀ ਘਟਨਾ ਵਾਪਰ ਗਈ ਆ, ਹਵੇਲੀ ਤਾਂ ਬੰਦ ਹੋ ਗਈ 12 ਵਜੇ, ਸਾਨੂੰ ਲੱਗਾ ਕਿ ਖੁੱਲ੍ਹੀ ਹੋ ਗਈ, ਆਪਾਂ ਦਿੱਲੀ ਦੇ ਹਿਸਾਬ ਨਾਲ ਲਾ ਕੇ ਲੱਗਦਾ। ਅਤੇ ਹੁਣ ਹੋਰ ਕਿਤੇ ਚੱਲਦੇ ਹਾਂ, ਦਿਖਾਉਂਦੇ ਹਾਂ ਕਿੱਥੇ ਜਾਣਾ। ਹੈਲੋ ਵੀ, ਉਹ ਵੀ ਮਿੱਤਰੋ, ਫੋਰਚੂਨੇਟਲੀ ਸਾਨੂੰ ਜਗ੍ਹਾ ਮਿਲ ਗਈ ਅੰਦਰ ਰੋਟੀ ਖਾਣ ਦੀ। ਬਾਹਰ ਬੰਦ ਹੋ ਗਿਆ ਸਭ ਕੁਝ, ਤਾਂ ਅੰਦਰ ਖੁੱਲ੍ਹਾ ਸੀ। ਅਤੇ ਆ ਪ੍ਰਧਾਨ ਹੋਣੀ ਨੂੰ ਪੰਜ ਵਜੇ ਰੋਟੀ ਮਿਲ ਜੂਗੀ ਹਵੇਲੀ ਦੀ, ਅਤੇ ਆਪਾਂ ਔਡਰ ਕਰਤਾ ਵਾ ਅਤੇ ਖਾਂਦੇ ਪੀਂਦੇ ਹਾਂ ਅਤੇ ਫਿਰ ਵਾਪਸ ਜਾਣਾ ਵਾ। ਥੋੜ੍ਹੀ ਕਾਹਲੀ ਗਈ ਅਸੀਂ, ਵਾਪਸ ਵੀ ਜਾਵਾਂਗੇ ਅਤੇ ਦਿਖਾਉਂਦੇ ਕੀ ਖਾਂਦੇ। ਅਤੇ ਮੈਂ ਹਵੇਲੀ, ਤੁਹਾਨੂੰ ਪਤਾ ਮੈਂ ਆਉਂਦਾ ਹੀ ਰਹਿੰਦਾ, ਅਤੇ ਇਹ ਤੀਜੀ ਚੌਥੀ ਵਾਰੀ ਆ ਇਸ ਮਹੀਨੇ ਵਿੱਚ ਮੈਂ ਦੁਬਾਰਾ ਆ ਗਿਆ। ਅਤੇ ਰੋਟੀ ਖਾ ਕੇ ਫਿਰ ਜਿੱਦਾਂ ਚੱਲਾਂਗੇ। ਕਿੱਦਾਂ ਲੱਗ ਰਿਹਾ ਵੈਸੇ ਇੱਥੇ ਆ ਕੇ ਇੰਨੀ ਰਾਤ ਨੂੰ, ਪੰਜਾਬ ਦਾ ਮਾਹੌਲ ਦਿੱਲੀ ਨਾਲੋਂ ਥੋੜ੍ਹਾ ਵੱਖਰਾ ਵੱਖਰਾ ਕਿਹੜੀ, ਸ਼ਾਂਤ ਸ਼ਾਂਤ ਹੈਗਾ ਕਿਹੜੀ। ਚਲੋ ਰੋਟੀ ਆਉਣ 'ਤੇ ਮਿਲਦੇ ਹਾਂ। ਸੋ ਵੀ ਮਿੱਤਰੋ, ਐਜ ਯੂਜੁਅਲ ਆਪਣੀ ਥਾਲੀ ਆ ਚੁੱਕੀ ਹੈ ਹਵੇਲੀ ਸਪੈਸ਼ਲ, ਅਤੇ ਆਪਾਂ ਥਾਲੀਆਂ ਖਾਂਦੇ ਹਾਂ ਆਪਣੀਆਂ ਆਪਣੀਆਂ, ਅਤੇ ਫਿਰ ਬਾਅਦ ਜਾ ਕੇ ਤੁਹਾਨੂੰ ਇਕੱਲਾ ਕਰਾਂਗੇ ਥੋੜ੍ਹੀ ਬਹੁਤ। ਚਲੀਏ ਫਿਰ, ਖਾ ਸ਼ੁਰੂ ਕਰੀਏ। ਪੀ ਰਿਹਾ ਹੈ ਸਪੈਸ਼ਲ ਐਂਡ ਫੋਟੋ, ਅਤੇ ਮੋਬਾਈਲ ਡਿਕਸ਼ਨ ਸਭ ਨੂੰ ਹੋਈ ਹੈ, ਮੈਨੂੰ ਲੱਗਾ ਇਹ ਤਾਂ ਮੈਨੂੰ ਵੀ। ਉਹ ਜੀ ਆਪਣਾ ਡਿਨਰ ਹੋ ਗਿਆ ਅਤੇ ਮੇਲਾ ਤੁਸੀਂ ਦੇਖ ਸਕਦੇ ਸਾਰਾ ਮੁੱਕ ਚੁੱਕਾ ਹੈ ਇੱਥੇ, ਅਤੇ ਰਾਤ ਦੇ 1:15 ਹੋ ਗਏ ਨੇ। ਅਤੇ ਹੁਣ ਬਾਹਰ ਚੱਲਦੇ ਹਾਂ, ਵੇਟ ਕੀ ਕਰਨਾ। ਅਤੇ ਵਧੀਆ ਲੱਗਾ ਕਿ ਨਹੀਂ ਲੱਗਾ ਇੱਥੇ ਆ ਕੇ? ਹੁਣ ਮੈਂ ਕਿਹਾ ਸੂਸੂ ਕਰ ਲਈਏ 2 ਮਿੰਟ, ਅਤੇ ਬਾਥਰੂਮ 'ਚ ਆਏ ਸੀ ਇੱਥੇ, ਹੁਣ ਚੱਲਦੇ ਹਾਂ ਬਾਹਰ। ਅਤੇ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਵਾਪਸ, ਬਹਿ ਗਏ ਗੱਡੀ। ਅਤੇ ਤੁਸੀਂ ਕਹਿੰਦੇ ਹੋਣੇ ਮੈਂ ਕੈਬ ਕਿੱਦਾਂ ਪਾ ਲਈ ਆ, ਮੈਂ ਹੁਣੇ ਘਰ ਗਿਆ ਸੀ, ਐਕਚੁਲੀ ਕੰਮ ਪੈ ਗਿਆ ਸੀ ਮੈਨੂੰ, ਅਤੇ ਮੈਂ ਪੰਨਾ ਲਾ ਕੇ ਕੈਬ ਪਾ ਲਈ। ਤੋਂ ਉਹਨਾਂ ਉਸਤਾਦ ਨੂੰ ਮੈਂ ਛੱਡਣ ਜਾ ਰਿਹਾ ਹੋਟਲ ਵਿੱਚ। ਸੋ ਵੀ ਮਿੱਤਰੋ, ਅੱਜ ਹੈਗਾ ਨੈਕਸਟ ਡੇ, ਅਤੇ ਆਪਾਂ ਆਏ ਹਾਂ ਕੁਲਚਾ ਖਵਾਉਣ ਭਰਾ ਨੂੰ ਆਪਣੇ, ਅਸ਼ੋਕ ਕੁਮਾਰ ਕੁਲਚੇ ਵਾਲਾ, ਰਣਜੀਤ ਐਵਨਿਊ, ਇੱਥੇ ਤੁਹਾਨੂੰ ਦਿਖਾਉਂਦੇ ਹਾਂ। ਸੋ
ਚਲੋ ਜੀ ਆਪਾਂ ਕਰਤਾ ਤੁਹਾਨੂੰ ਔਡਰ ਕੁਲਚਾ ਅਤੇ ਖਾਂਦੇ ਹਾਂ ਅਤੇ ਫਿਰ ਘੁੰਮਣ ਫਿਰ ਜਾਵਾਂਗੇ ਅਤੇ ਉਹਦੇ ਦਿਖਾਵਾਂਗੇ ਤੁਹਾਨੂੰ ਅਤੇ ਪਤਾ ਜੀ ਮੋਬਾਈਲ ਚਲਾਉਣ 'ਚ ਵਿਅਸਤ ਰਹੇ ਉਹ ਵੀ ਕੁਲਚੇ ਆ ਚੁੱਕੇ ਨੇ ਅਤੇ ਲੱਸੀ ਵੀ ਆ ਗਈ ਹੈ ਚਲੋ ਵੀ ਹੋ ਜਾਓ ਸ਼ੁਰੂ ਫਿਰ ਅਤੇ ਜੀ ਜਦੋਂ ਵੀ ਆਓ ਇੱਥੇ ਇੱਥੇ ਆਹ ਮਸਾਲਾ ਸ਼ੁਰੂ ਪਾਏ ਖਾਣਾ ਅੱਜ ਹੈਗੀ ਸੀ ਹੋਲੀ ਸਾਨੂੰ ਪਤਾ ਹੀ ਨਹੀਂ ਤਾਂ ਸਾਡੀ ਕਲੋਨੀ 'ਚ ਬੱਚੇ ਹੋਲੀ ਖੇਡਦੇ ਨੇ ਮੈਂ ਬਿਰਿਆਨੀ ਨੂੰ ਸਵੇਰ ਦਾ ਅੱਜ ਆ ਵੇਖੋ ਹੁਣ ਫਿਰ ਕੀ ਕਰਦਾ ਹਰ ਹਰ ਵੇਲੇ ਕੋਈ ਵੀ ਘਰ ਆਵੇ ਤੇ ਇਹਦੀ ਆਹ ਹਿਕਤਾਂ ਹੁੰਦੀਆਂ ਹੁਣ ਜੀ ਆਪਾਂ ਜਾ ਰਹੇ ਹਾਂ ਅਲਫਾ ਵਨ ਥੋੜਾ ਕੰਮ ਹੈਗਾ ਇਹਨੇ ਸ਼ੋਪਿੰਗ ਕਰਨੀ ਉੱਥੇ ਤੇ ਪੱਗ ਸੈੱਟ ਕਰ ਰਿਹਾ ਸਿੱਧਾ ਉੱਥੇ ਚੱਲਦੇ ਮਿਲਦੇ ਤੁਹਾਨੂੰ ਸੋ ਜੀ ਹੁਣ ਸ਼ੋਪਿੰਗਾਂ ਹੋ ਰਹੀਆਂ ਅਤੇ ਉਹ ਕਹਿੰਦਾ ਚਨਮ ਤੋਂ ਮੈਂ ਕੁਛ ਲੈਣਾ ਮੈਂ ਕਿਹਾ ਲਓ ਆਪਾਂ ਵੀ ਕੁਛ ਵੇਚਦੇ ਹਾਂ ਮੈਨੂੰ ਆਹ ਚੀਜ਼ ਬੜੀ ਪਸੰਦ ਆਈ ਅੱਜ ਕੱਲ੍ਹ ਜਿਹੜਾ ਟੈਂਡ ਚੱਲਿਆ ਨਾ ਹੁਣ ਵੇਚਦੇ ਕੀ ਲੈਂਦੇ ਹਾਂ ਅਤੇ ਫਿਰ ਚੱਲਦੇ ਹਾਂ ਦਿਖਾਵਾਂਗੇ ਤੁਹਾਨੂੰ ਸਭ ਕੁਛ ਅੱਜ ਸੋ ਵੀ ਆਪਾਂ ਕਰ ਲਈ ਆ ਸ਼ੋਪਿੰਗ ਵਗੈਰਾ ਜੋ ਕਰਨੀ ਸੀ ਅਤੇ ਹੁਣ ਆਪਾਂ ਵਾਪਸ ਜਾ ਰਹੇ ਹਾਂ ਇਹਨੇ ਇਹਦੀ ਟ੍ਰੇਨ ਹੈਗੀ ਆ ਇਹਨੂੰ ਛੱਡ ਕੇ ਆਉਂਦਾ ਮੈਂ ਸਟੇਸ਼ਨ 'ਤੇ ਅਤੇ ਫਿਰ ਕਰਾਂਗੇ ਵੀਡੀਓ ਐਂਡ ਬੰਦ ਕਰਾਂਗੇ ਸੋ ਜੀ ਫਾਈਨਲੀ ਆਪਾਂ ਪਹੁੰਚ ਕੇ ਸਟੇਸ਼ਨ 'ਤੇ ਜਾ ਰਹੇ ਹਾਂ ਕੋਈ ਕਹਿਣਾ ਚਾਹੇਗਾ ਫਿਰ ਆਏਗਾ ਵਾਪਸ ਛੇਤੀ ਮੈਂ ਵੀ ਦਿੱਲੀ ਜਾਊਂਗਾ ਅਤੇ ਮਿਲਾਂਗੇ ਇਹਨੂੰ ਓਕੇ ਸੋ ਜੀ ਇਹ ਸੀ ਇੱਕ ਛੋਟਾ ਜਿਹਾ ਵਲੋਗ ਜੋ ਕਿ ਮੇਰਾ ਕਜ਼ਨ ਆਇਆ ਸੀ ਦਿੱਲੀ ਤੋਂ ਅਤੇ ਮੈਂ ਉਹਦੇ ਲਈ ਇੱਕ ਵੀਡੀਓ ਬਣਾਉਂਦੇ ਹਾਂ ਕਿ ਆਪਾਂ ਜ਼ਿਆਦਾ ਰਹਿ ਜਾਂਦੀ ਹਾਂ ਅਤੇ ਬਾਕੀ ਮੈਂ ਤੁਹਾਨੂੰ ਜਾਂਦੇ ਜਾਂਦੇ ਕਹਿਣਾ ਚਾਹੂੰਗਾ ਕਿ ਦੁਨੀਆਂ ਤੁਹਾਨੂੰ ਐਡੇ ਮਤਲਬੀ ਲੋਕ ਮਿਲਣਗੇ ਨਾ ਜਦੋਂ ਆਪਣਾ ਆਪਣਾ ਮਤਲਬ ਹੋਊਗਾ ਸਾਡੇ ਨਾਲ ਤੁਹਾਨੂੰ ਭਾਜੀ ਭਾਜੀ ਜੀ ਜੀ ਕਰਨਗੇ ਜਦੋਂ ਤੁਹਾਡੇ ਤੋਂ ਮਤਲਬ ਨਹੀਂ ਨਾ ਮਿਲੂਗਾ ਉਹਨਾਂ ਨੂੰ ਕਿ ਕੋਈ ਫਾਇਦਾ ਨਹੀਂ ਮਿਲੂਗਾ ਉਦੋਂ ਆਕੜਾ ਮਾਰ ਲੱਪਣਗੇ ਅਤੇ ਤੁਹਾਡੇ 'ਤੇ ਸਵਾਰ ਹੋ ਜਾਣਗੇ ਅਤੇ ਇੱਦਾਂ ਦੇ ਲੋਕਾਂ ਤੋਂ ਬਚ ਕੇ ਰਹੋ ਠੀਕ ਆ ਜੀ ਬਿਲਕੁਲ ਕੱਟ ਆਫ ਕਰ ਦਿਓ ਕਿਉਂਕਿ ਇੱਦਾਂ ਲੋਕ ਤੁਹਾਡੀ ਲਾਈਫ ਵਿੱਚ ਬਹੁਤ ਬੁਰੇ ਹੁੰਦੇ ਨੇ ਆਪ ਤਾਂ ਇਹਨਾਂ ਨੇ ਕੁਛ ਕਰਨਾ ਨਹੀਂ ਹੁੰਦਾ ਜਿਹੜਾ ਬੰਦਾ ਕੁਛ ਕਰਾ ਕੇ ਦੇਵੇ ਉਹਨਾਂ ਨੂੰ ਅਤੇ ਉਹਨਾਂ ਦੀ ਫਿਰ ਕਦਰ ਨਹੀਂ ਪਾਉਂਦੇ ਅਤੇ ਇੱਦਾਂ ਲੋਕ ਨਾ ਜ਼ਿੰਦਗੀ ਤਰੱਕੀ ਕਰਦੇ ਆ ਅਤੇ ਅਗਲੇ ਨੂੰ ਨਾ ਤਰੱਕੀ ਕਰਨ ਦਿੰਦੇ ਆ ਸੋ ਜੀ ਇਹਨਾਂ ਤੋਂ ਬਚ ਕੇ ਰਹੋ ਸੋ ਗੁੱਡ ਬਾਏ ਟੇਕ ਕੇਅਰ ਖੁਸ਼ੀਆਂ ਬੀਜੋ ਹੱਸ ਸਕਣਗੇ ਥੈਂਕਸ